ਵੀ ਉਹ ਕੱਪ ਦਿੱਤੇ ਜਾਣੇ ਆ ਲਓ ਫਾਈਨਲ ਦੀ ਪਹਿਲੀ ਰੇੜੇ ਕਰੀ ਜ਼ੋਰਦਾਰ ਤਾੜੀ ਮਾਰ ਦੋ ਮੇਰੇ ਪੰਜਾਬੀ ਵੀਰੋ ਰੋੜੀ ਵਾਲਾ ਗੋਰੀ ਪਰ ਦੂਜੇ ਪਾਸੇ ਮਨੀਸ਼ ਭਲਿਆਰਾ ਏ ਬੱਲੇ 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 ਪਹਿਲੀ ਕਬੱਡੀ ਦੇ ਪਹਿਲਾ ਜਫਾ ਕੀ ਪਹਿਲੀ ਚਿੱਠੀ ਚਾਰ ਸੁੱਟ ਜੇ ਲੱਡੂ ਵੰਡ ਦੀ ਕਚਹਿਰੀ ਵਿੱਚੋਂ ਆਵਾਂ ਪਹਿਲੀ ਪੇਸ਼ੀ ਯਾਰ ਛੁੱਟ ਜੇ ਪਰ ਗੱਲਾਂ ਇੱਥੀਆਂ ਕੁਛ ਹੋਰ ਹੀ ਹੋ ਗਈਆਂ ਕਿ ਗੱਡੀ ਮੁੜ ਗਈ ਤਸੀਲੋਂ ਖਾਲੀ ਮਿੱਤਰਾਂ ਨੂੰ ਕੈਦ ਬੋਲ ਗਈ ਲਓ ਕਹਿੰਦੇ ਡੋਗਰ ਆ ਗਿਆ ਰਾਜਲੀ ਪਿੰਡ ਵਾਲਾ ਫੱਕਰ ਚੰਡੇ ਵਾਲਿਆ ਓਏ ਕਹਿੰਦੇ ਹਰਦੇਵ ਉਧਰਲੇ ਪਾਸੇ ਉਹ ਭੱਜਿਆ ਜਾਂਦਾ ਕਹਿੰਦੇ ਪੁਆਇੰਟ ਦਾ ਵਾਧਾ ਆਪਣੀ ਟੀਮ ਦੇ ਵਾਸਤੇ ਕਹਿੰਦੇ ਲੱਖਾਂ ਰੁਪਈਆਂ ਦਾ ਆਹ ਮੁੰਡੇ ਨੇ ਕਹਿੰਦੇ ਰਾਜਲੀ ਵਾਲੇ ਡੋਗਰ ਨੇ ਕਰ ਦਿੱਤਾ ਹੈ ਲਓ ਚੱਲ ਓਏ ਮੁੰਡਿਆ ਕਾਲਿਆ ਪਾ ਕਬੱਡੀ ਇਹ ਨੰਨੂ ਆ ਕਹਿੰਦੇ ਫੱਕਰ ਝੰਡੇ ਪਿੰਡ ਦਾ ਆਜੂ ਦੀਆਂ ਗੱਲਾਂ ਹੁੰਦੀਆਂ ਦੋ ਸਕੇ ਵੀਰ ਕਬੱਡੀ ਖੇਡਦੇ ਆ ਔਰ ਬਾਬਾ ਜੀ ਨੇ ਦੋਨੇ ਭਰਾਵਾਂ ਦਾ 1 ਲੱਖ ਰੁਪਏ ਦੀ ਨਗਦ ਰਾਸ਼ੀ ਦੇ ਨਾਲ ਸਨਮਾਨ ਕੀਤਾ ਵੀ ਤਕੜੇ ਹੋ ਕੇ ਖੇਡੋ ਨੌਜਵਾਨਾਂ ਆ ਹੱਕ ਮਲੀਏ ਜੱਗੂ ਦਾ ਵੀਰ ਹੱਕ ਮਲੀਏ ਜੱਗੂ ਦਾ ਯਾਰ ਔਰ ਫੈਮਿਲੀ ਹੇਅਰ ਸਲੂਨ ਵਾਲੇ ਪ੍ਰੀਤ ਦਾ ਯਾਰ ਇਸ ਲਈ ਝੰਡੇ ਪਿੰਡ ਦਾ ਬਹਾਦਰ ਕੋਸ਼ਿਸ਼ ਕਰਦਾ ਆਓ ਜੱਫਾ ਨਹੀਂ ਲੱਸ ਗਿਆ ਪੁਆਇੰਟ ਨੰਨੂ ਨੇ ਜੋੜ ਦਿੱਤਾ ਆਣਾਣੇ ਪਰਦਾ ਗਰਮੀਤ ਦਾ ਲਵੀ ਕੋਠੇ ਵਾਲਿਆ ਆਓ ਗਰਮੀਤ ਤੇ ਦੂਜੇ ਪਾਸੇ ਕੈਨੇਡਾ ਦੀ ਲੀਗ ਦਾ ਕਹਿੰਦੇ ਉੱਤਮ ਜਾਫੀ ਹਰਦੇਵ ਫੱਕਰ ਝੰਡੇ ਵਾਲਾ ਕਹਿੰਦੇ ਇਸ ਸਮੇਂ ਜੱਫਾ ਨਹੀਂ ਲਾ ਸਕਿਆ ਚੱਲ ਵੇ ਮੁੰਡਿਆ ਦੇਸੂ ਯੋਧੇ ਵਾਲਿਆ ਕਹਿੰਦੇ ਗੇਜਿਆ ਪਾ ਕਬੱਡੀ ਇਹ ਆ ਕਹਿੰਦੇ ਦਰਸ਼ਨ ਮੱਟੂ ਦੀ ਖੇਡ ਦਾ ਵਾਰਸ ਗੇਜਾ ਕਹਿੰਦੇ ਦੇਸੂ ਯੋਧੇ ਦੀ ਧਰਤੀ ਦਾ ਕਬੱਡੀ ਪਾ ਰਿਹਾ ਉਹ ਬਹਾਦਰਾ ਆਹ ਮੁੰਡਾ ਸੁੱਕਾ ਨਹੀਂ ਜਾਣੀ ਚਾਹੀਦਾ ਪਰ ਆਹ ਮੁੰਡਾ ਆਹ ਵੇਖੋ ਫਿਰ ਮਨੀਸ਼ ਢਾਲਿਆ ਓਏ ਗੇਜਾ ਢਾਲਿਆ ਤਾੜੀ ਆਪ ਮਹਾਰੇ ਵੱਜਣੀ ਚਾਹੀਦੀ ਹੈ ਉਧਰਲੇ ਪਾਸੇ ਕਹਿੰਦੇ ਮਨੀਸ਼ ਨੇ ਗੇਜਾ ਢਾਲਿਆ ਚੱਲ ਓਏ ਮੁੰਡਿਆ ਪਾ ਕਬੱਡੀ ਓਏ ਕੋਟਲੀ ਵਾਲਿਆ ਉਧਰਲੇ ਪਾਸੇ ਤੁਹਾਡਾ ਭਾਈ ਫੜ ਲਿਆ ਓਏ ਓਏ ਪਤਾ ਫੇਰ ਲੱਗੂ ਜੇ ਢਾ ਕੇ ਹਿੱਕ ਤੇ ਬੈਠੇਗਾ ਉਧਰਲੇ ਪਾਸੇ ਓ ਮਾਂ ਦੇ ਪੁੱਤ ਨੇ ਇੰਚ ਕੱਢ ਕੇ ਬਗਾਨਾ ਪੁੱਤ ਮਾਰਿਆ ਹੁਣ ਤਾਂ ਜਿਵੇਂ ਮੱਖਣੀ ਚੋਂ ਬਾਲ ਨਹੀਂ ਚੰਗਾ ਮੁੱਲ ਪਾਇਆ ਸਾਡਾ ਹੀਰੀਏ ਮੱਝੀਆਂ ਚਰਾ ਕੇ 12 ਸਾਲ ਨਹੀਂ ਕਦੇ ਸੱਸੀ ਪੁੰਨੂ ਦੇ ਚਰਚੇ ਕਦੇ ਹੀਰ ਰਾਂਝੇ ਦੀਆਂ ਗੱਲਾਂ ਕਦੇ ਸਾਹਿਬਾ ਮਿਰਜ਼ਾ ਦੀਆਂ ਗੱਲਾਂ ਹੋਈਆਂ ਪਰ ਇਸ ਵੇਲੇ ਕਹਿੰਦੇ ਕੰਗ ਪਰਿਵਾਰ ਦਾ ਬਲੀ ਰੇਡ ਪਾ ਰਿਹਾ ਦੂਜੇ ਪਾਸੇ ਆ ਮੁੰਡਾ ਇਹਦਾ ਭੇਤੀ ਹੈ ਇੱਕੋ ਪਿੰਡ ਦੇ ਹੈ ਇੱਕੋ ਪਿੰਡ ਦੇ ਇੱਕ ਪਾਸੇ ਬਹਾਦਰ ਭਰ ਗਿਆ ਬਗਲਾ ਭਰ ਗਿਆ ਬਗਲਾ ਕਹਿੰਦੇ ਰੰਡੀ ਤਾਂ ਰੰਡ ਕੱਟ ਲਵੇ ਪਰ ਕੱਟਣ ਨਹੀਂ ਦਿੰਦੇ ਲੋਕ ਕੁੜੇ ਕਹਿੰਦੇ ਕਹਿੰਦੇ ਗੱਲਾਂ ਕਰੀਆਂ ਲਵ ਹੀਰੇ ਚਾਣਕ ਵਾਲੇ ਨੇ ਆ ਕਹਿੰਦੇ ਇੱਕੋ ਪਿੰਡ ਦੇ ਭੇਤੀ ਮੇਰੇ ਵੀਰਿਓ ਆ ਸਿੱਧੂਆਂ ਦਾ ਪੁੱਤ ਕੰਮੀ ਕਹਿੰਦੇ ਸਰਪੰਚਾਂ ਦਾ ਪੁੱਤ ਕਬੱਡੀ ਪਾ ਰਿਹਾ ਉਧਰਲੇ ਪਾਸੇ ਮਾਂ ਦੇ ਪੁੱਤ ਨੇ ਪੁੱਠੀ ਪਾਤੀ ਪਰ ਕੰਮੀ ਲੋਟ ਨਹੀਂ ਆਉਂਦਾ ਆ ਕੰਮੀ ਲੋਟ ਨਹੀਂ ਆਉਂਦਾ ਚੱਲ ਵੇ ਮਾਂ ਦੇ ਬੱਬਰ ਸ਼ੇਰਾ ਪਾ ਕਬੱਡੀ ਗੁਰਾਦਿਤ ਜੀ ਸੰਧਾ ਸਾਹਿਬ ਮਾਣ ਕਰਦੇ ਆ ਧਾਸਪੁਰੀ ਕੰਮੀ ਦੀ ਖੇਡ ਦੇ ਉੱਪਰ ਮੇਰੇ ਪੰਜਾਬੀ ਵੀਰੋ ਪਿਆਰ ਹੈ ਇਸ ਇਲਾਕੇ ਦਾ ਮਾਣ ਹੈ ਮੁੰਡਾ ਸਿੱਧੂਆਂ ਦਾ ਸੱਚੇ ਪਾਤਸ਼ਾਹ ਦੀ ਪਾਰ ਕਿਰਪਾ ਹੋ ਜਾਵੇ ਪਰ ਭਲਿਆਰੇ ਆ ਇਸ ਵੇਲੇ ਮਨੀਸ਼ ਭਲਿਆਰਾ ਕੋਸ਼ਿਸ਼ ਕਰਦਾ ਹੈ ਤੇ ਕੋਟ ਫੱਤਾ ਪਿੰਡ ਹੈ ਕਾਲੇ ਦਾ ਜਿਹਨੇ ਹੁਣ ਨੰਬਰ ਜੋੜ ਦਿੱਤਾ ਪਠਾਨ ਆ ਗਏ ਤੇ ਫਾਦਰ ਸਾਹਿਬ ਕਹਿੰਦੇ ਸਾਬ ਇੰਸਪੈਕਟਰ ਦੀ ਨੌਕਰੀ ਕਰਦੇ ਮੇਰੇ ਪੰਜਾਬੀ ਵੀਰ ਐਸ ਆਈ ਸਾਹਿਬ ਹੈ ਸਤਵੀਰ ਦੇ ਪੁੱਤਰ ਦੀਆਂ ਗੱਲਾਂ ਆਉਂਦੀਆਂ ਸੁਭਾਸ ਪਰਿਵਾਰ ਦਾ ਇਸ ਵੇਲੇ ਨੌਜਵਾਨ ਗੋਰਖਪੁਰੀਆ ਪਠਾਨ ਰੇਡ ਪਾਉਣ ਦੇ ਲਈ ਵਧਿਆ ਹੋਇਆ ਇੱਕ ਪਾਸੇ ਕੈਨੇਡਾ ਦੀ ਉੱਤਮ ਲੀਗ ਦਾ ਬੈਟ ਜਾਫੀ ਨੌਜਵਾਨ ਕੋਸ਼ਿਸ਼ ਕਰਦਾ ਪਰ ਇਸ ਵੇਲੇ ਪਠਾਨ ਗੋਰਖਪੁਰੀਆ ਬਹੁਤ ਤਕੜਾ ਨੰਬਰ ਜੋੜ ਗਿਆ ਪਠਾਨ ਗੋਰਖਪੁਰੀਆ ਤਕੜਾ ਨੰਬਰ ਜੋੜ ਗਿਆ ਪਰ ਸੇਵਕ ਕਹਿੰਦੇ ਸਿੱਖੀ ਸਰੂਪ ਦੇ ਵਿੱਚ ਇਸ ਸਮੇਂ ਕਹਿੰਦੇ ਫੱਕਰ ਝੰਡੇ ਵਾਲਾ ਕਬੱਡੀ ਪਾ ਰਿਹਾ ਉਹ ਮਨੀਸ਼ ਬਹਾਦਰਾ ਉਹ ਵੇਖ ਫਿਰ ਚੈੱਕ ਕਰ ਉਧਰਲੇ ਪਾਸੇ ਆਓ ਮੁੰਡੇ ਨੇ ਬਗਲਾਂ ਭਰੀਆਂ ਪਿੱਥੋਂ ਵਾਲੇ ਸੀਰੇ ਦੇ ਵਾਂਗੂ ਕਿ ਪਿੱਥੋਂ ਵਾਲਾ ਸੀਰਾ ਅੜੀਏ ਬੜਾ ਸਟੋਪਰ ਪੈੜਾ ਨੀ ਇੱਕ ਵਾਰੀ ਜੇ ਪੈ ਜੇ ਪਿੱਛੇ ਫੇਰ ਨੀ ਛੱਡਦਾ ਖੇੜਾ ਨੀ ਤਾਂ ਮਾਰੇ ਭਲਵਾਨੀ ਰੇਡਰ ਦੂਰੇ ਕਰ ਦਿੰਦਾ ਪਰਲੇ ਵਿੱਚ ਹੀ ਘਟਦੇ ਨੰਬਰ ਪੂਰੇ ਕਰ ਦਿੰਦਾ ਕਦੇ ਪਿੱਛੋਂ ਵਾਲੇ ਜੱਟ ਦੀਆਂ ਗੱਲਾਂ ਹੋਈਆਂ ਲਾਓ ਰੇਡ ਪਈ ਇਸ ਵੇਲੇ ਚਾਰ ਜਫੀ ਤਿਆਰ ਪਰ ਤਿਆਰ ਹੈ ਕੌਣ ਜੱਫਾ ਲਾਵੇਗਾ ਗੁਰਮੁਖ ਮੀਣਾ ਇੱਕ ਪਾਸੇ ਜਖੇਪਲ ਵਾਲਾ ਪਰ ਇਹ ਹੈ ਕਹਿੰਦੇ ਡਰਾਜਲੀ ਵਾਲਾ ਡੋਗਰ ਮੇਰੇ ਵੀਰੋ ਇਹਦਾ ਯਾਰ ਕਹਿੰਦੇ ਭਾਦਰੇ ਪਿੰਡ ਦਾ ਸੋਨੀ ਯੂਰਪ ਦੇ ਵਿੱਚ ਕਬੱਡੀ ਦੇ ਵਿੱਚ ਤਕੜੀਆਂ ਗੱਲਾਂ ਕਰਵਾ ਰਿਹਾ ਆਹੋ ਗੱਲਾਂ ਟਿਕਾਣੇ ਲੱਗੀਆਂ ਅੱਜ ਫੁੱਲਾਂ ਪਿੰਡ ਦੀ ਧਰਤੀ ਹੈ
फाइनल खेडा जा रहा है, दर्शकों का ठाठा मारदा काठा है। इस वेले गोरी रोड़ी पड़ता एक पासे हरियाणे वाले की टक्कर हरियाणे दे नाल, आओ बल्ले 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 कबड्डी 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 कबड्डी, आओ कबड्डी वेखदे फिर गोरी, आओ कहिंदे रोड़ी पिंड वाला पा गया, आ कहिंदे गुरमीत आ गया, समुद्रे कद वाला चक्की दे पुड़वर्गी छाती, अणदाणा पिंड है कलाड़ी दे बेलणियां वर्गे पट, काउटी पाउंदा जट ते कढ़ी जांदा बट, ओ मुंडे ने गड्डी दा बैंक गेर लाता, ओ मुंडे ने गड्डी दा बैंक गेर लाता। लाओ रेड पाउण दे लई झंडे पिंड वाला नन्नू मेरे पंजाबी वीर फिर वादा आ रहा है, आजाद डीजे साउंड लगी है, कलोठे परवीर दा प्रबंधक वीरां वल्लों विशेष तौर ते धन्नवाद कीता जा रहा है, क्योंकि वड्डियां टीमां जिहड़ियां रल मिल के बणाईआं आ औरख परिवार दा, इहदा कलविंदर नामा रत्ता थेपण कहिंदे ढाणे इलाके दा पिंड है, एक पासे मुंडा दड़बे आ रहा है, आओ दूजे पासे झंडे वाले बल्ले 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 बल्ले, कहिंदे अखर तां दो ही ने भूंदड़ वालिया पर पूरी बल्ले बल्ले है, आओ शामां जी पै गई है, और डोगर कहते राजली वाला आ गया, हरदेव चेक कर मुंडे नू, आओ हरदेव नू हल्का जिहा हाथ लाया मुंडे ने, पॉइंट वेखदे आ भी डोगर कहते राजली वाला अपनी टीम दे खाते दे विच जोड़दा होया, लाओ कहते गेजा देसू जोधे दी धरती दा क्रेड इस समय पा रहा खेड मैदान दे विच, जांडली वाला काला विचकार इस समय वेखदे फिर कौन जफा लाऊगा, पर आओ समा 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 समर्थ है गेजे हाथ तां ला के जाना पऊ, कमलिया टबरा कल्ले नू कल्ला ही है, कल्ले नू कल्ला ही है, सारा पिंड पै गया सने सरपंच। लाओ सामने वेखदे फिर इस समय कहते पठान गोरखपुरी आ, आओ कहते उंगल खड़ी कर गया के बहुत धन्यवाद है, जलवेड़े पड़ता गुजारी है साडा बहुत प्यारा वीर जी की जारी है, कहते धर्मपुरी वाले जलवेड़े वाले कुलविंदर के नाल जिन्हें कनेडा के गलों छिड़िया भी गुजारी, तेरा भी धन्यवाद लाए वेख रहा है, आते खेड मिलन चाहता बसदार है, इस वे कहते कोट फत्ता पिंड है काले की रेड पैन जा रही है, चार जाफी तैयार प्रचार है, यानरी पड़ता काला है, और आ कहते भुलन पड़ता गर्मी है, इन्हें दो क मोटरसाइकिल जित लिया है, एक सन्मान अवतार पोजू वाली ने देता है, ये भी बड़े माण वाली गल है, पर राजली के डोगर ने दूजी उड़ान भर दी है, जिस पिंड हरदीप दी गल हो चार जाफी तैयार प्रचार है, इको अकैडमी के मेहनत ला रहा मेरे वीरों ਸਪੁਰੀ ਕੰਮੀ ਹੋ ਰਹੀ, ਹਰਦੀਪ ਵਰਗਿਆਂ ਦੀਆਂ ਗੱਲਾਂ, ਮਨੀਸ਼ ਵਰਗਿਆਂ ਦੀਆਂ ਗੱਲਾਂ ਹੁੰਦੀਆਂ, ਇਹਦਾ ਗੋਲਡ ਇਨਾਮ ਹੈ ਝੰਡਾ ਪਿੰਡ, ਇਹ ਮੁੰਡਾ ਵੀ ਛੋਟੀ ਉਮਰ ਦਾ ਆਉਣ ਵਾਲੇ ਸਮੇਂ ਦਾ ਵੱਡਾ ਸਟਾਰ ਆ, ਮੇਵਾ ਸਟਾਰ ਤਾਸਪੁਰੇ ਵਾਲਾ, ਉਹ ਵੀ ਯਾਰਾਂ ਮਿੱਤਰਾਂ ਦੇ ਨਾਲ ਆਇਆ, ਲੈ ਵੀ ਮੇਵਿਆ ਤੁਹਾਡਾ ਵੀ ਧੰਨਵਾਦ ਜਾਉਂਦੇ ਬਸਦਰਾ, ਆਹ ਰੇਡ ਪਈਆ ਕਲੋਠੇ ਵਾਲਾ ਕਰਗਾ ਸਿਰ ਸੁਣਿਆ, ਆਓ ਕਹਿੰਦੇ ਫੱਕਰ ਝੰਡੇ ਵਾਲਾ ਰੇਡ ਮਾਰਿਆ ਇਸ ਸਮੇਂ ਖੇਡ ਮੈਦਾਨ ਦੇ ਵਿੱਚ, ਆਓ ਵੇਖਦੇ ਆ ਫਿਰ ਕੌਣ ਜਾਂਡਲੀ ਵਾਲਾ ਕਵਾਲਾ ਕਬੱਡੀ ਦਾ ਜਾਦੂਗਰ ਹੈ ਮੇਰੇ ਵੀਰਿਓ, ਇਸ ਸਮੇਂ ਕਹਿੰਦੇ ਜੱਫਾ ਨਹੀਂ ਲਾ ਸਕਿਆ, ਲਓ ਕਹਿੰਦੇ ਅੰਦਾਣੇ ਵਾਲਾ ਗੁਰਮੀਤ ਕਬੱਡੀ ਪਾ ਰਿਹਾ ਹੈ, ਵਿਚਕਾਰ ਕਹਿੰਦੇ ਦੁਨੀਆ ਦੇ ਐਨ ਚੋਟੀ ਦੇ ਦੋ ਬੱਬਰ ਸ਼ੇਰ ਖੜੇ ਹੈ, ਪਰ ਮੁੰਡੇ ਨੇ ਕਹਿੰਦੇ ਫੱਕਰ ਝੰਡੇ ਵਾਲੇ ਟੋਚੀ ਦੇ ਵਾਂਗੂ ਪ੍ਰੈਸ ਮਾਰੀ ਹੈ, ਕਿ ਫੱਕਰ ਝੰਡੇ ਵਾਲੇ ਟੋਚੀ ਦੀ ਤਾਂ ਪ੍ਰੈਸ ਵਧੀਆ ਕਹਿੰਦੇ ਸੀ, ਉਹ ਪਟਾਲਾਂ ਵਾਲੇ ਲਾਡੀ ਨੂੰ ਵੀ ਹੱਥ ਨਹੀਂ ਸੌਖੇ ਪੈਂਦੇ ਸੀ, ਢਾਏ ਚੜ੍ਹਿਆ ਸੀ ਕਕਰਾਲੇ ਦੇ ਕਿੰਦੇ ਦੇ ਯਾਰੋ, ਫਿਰ ਬਿਰਲਾ ਹੀ ਕੋਈ ਮੁੜਦਾ ਸੀ, ਅਮਨ ਪੱਤੜ ਵੀ ਬਣ ਕੇ ਕਹਿੰਦੇ ਲੋਕ ਬੰਦੇ ਨਾਲ ਜੁੜਦਾ ਸੀ, ਮੀਆਂ ਮਿੰਡੀਆਂ ਕਾਲਾ ਭੱਜਦਾ ਸੀ ਜਿਉਂ ਗੱਡੀਆਂ ਵਿੱਚ ਮੈਦਾਨੇ ਦੌੜਦੀਆਂ, ਉਹ ਦੁਨੀਆ ਦੇ ਵਿੱਚ ਗੱਲਾਂ ਹੁੰਦੀਆਂ ਸੀ ਪਿੰਡ ਕੌੜੀ ਵਾਲੇ ਬੋਰਡ ਦੀਆਂ, ਜਲਾਲਪੁਰੀਆ ਪਾਲਾ ਉਹ ਕਹਿੰਦੇ ਦਗਾਲ ਪਿੰਡ ਦਾ ਬਿੱਟੂ ਫਿਰ ਪਿੱਛਾ ਛੱਡਦੇ ਸੀ ਦੋਵੇਂ ਹੰਧਿਆਂ ਤੱਕ ਪਹੁੰਚਾ ਕੇ, ਉਹ ਕੌਡੀ ਖੇਡਣ ਜਿਨ੍ਹਾਂ ਦੇ ਪੁੱਤਰ ਫਿਰ ਉਹ ਨੇ ਕਰਮਾਂ ਵਾਲੇ ਮਾਪੇ, ਕੌਡੀ ਖੇਡਣ ਜਿਨ੍ਹਾਂ ਦੇ ਪੁੱਤਰ ਉਹ ਨੇ ਕਰਮਾਂ ਵਾਲੇ ਮਾਪੇ। ਚੱਲਦੇ ਮੈਚ ਦੇ ਵਿੱਚੋਂ ਹਾਫ ਸਮਾਂ ਹੋ ਗਿਆ, ਦਿੜਬੇ ਦੇ ਜਿਹੜੇ ਪੁਆਇੰਟ ਨੇ 15 ਤੇ 7 ਪੁਆਇੰਟ ਫੱਕਰ ਝੰਡੇ ਦੀ ਟੀਮ ਦੇ ਰਹਿ ਗਏ ਹੈ। ਲਓ ਤਾਂਸਪੁਰੀਆ ਕਹਿੰਦੇ ਇਸ ਵੇਲੇ ਹਰਪ੍ਰੀਤ ਕੰਮੀ ਸਿੱਧੂ ਪਰਿਵਾਰ ਦਾ ਮੇਰੇ ਪੰਜਾਬੀ ਵੀਰੋ ਰੇਡ ਪਾਉਣ ਦੇ ਲਈ ਵਾਧਾ ਜਾ ਰਿਹਾ, ਕਦੇ ਖੇਡਦਾ ਝੰਡੇ ਦੀ ਟੀਮ ਦੇ ਲਈ ਗੱਲਾਂ ਕਦੇ ਦੜਵੇ ਦੀ ਟੀਮ ਦੇ ਲਈ ਹੁੰਦੀਆਂ, ਆਓ ਸਾਹਮਣੇ ਰੇਡ ਪਈ ਹੈ ਝਾਨ ਪਰਿਵਾਰ ਦੇ ਦਿਆਲਪੁਰ ਦੇ ਸੱਤੂ ਨੂੰ ਕਹਿੰਦੇ ਅਤਾਦਾਂ ਦੇ ਤੌਰ ਤੇ ਮੰਨਦਾ, ਪਰ ਕਹਿੰਦੇ ਹੁਣ ਸਿੱਲੂ ਡੀਪੀ ਦੇ ਕੋਲੇ ਮੇਰੇ ਪੰਜਾਬੀ ਵੀਰੋ ਲਾਲੀ ਵੀਰ ਅਕੈਡਮੀ ਦੇ ਵਿੱਚ ਮੁੰਡਾ ਰਹਿ ਕੇ ਤਿਆਰੀ ਕਰ ਰਿਹਾ, ਸੱਚੇ ਪਾਤਸ਼ਾਹ ਮਿਹਰ ਕਰੇ। ਇੱਕ ਮਿੰਟ ਜੀ, ਆਹ ਮੁੰਡਾ ਕਹਿੰਦੇ ਜਿਹੜੇ ਗਰਾਊਂਡ ਦੀ ਸੇਵਾ ਕਰ ਰਿਹਾ ਹੈ, ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਗੇੜਾ ਲਾਵੇਗਾ, ਇਹਦਾ ਮਾਣ ਸਨਮਾਨ ਜਿਹੜਾ ਜ਼ਰੂਰ ਕਰਿਓ। ਆਹ ਮੁੰਡੇ ਨੇ ਕਲਹਿਰੀ ਮੋਰ ਬਣਾ ਦਿੱਤਾ ਹੈ, ਇਸ ਸਮੇਂ ਕਹਿੰਦੇ ਨੰਨੂ ਨੂੰ ਢਾ ਕੇ ਹਿੱਕ 'ਤੇ ਬਹਿ ਗਿਆ ਕਿ ਵਿੱਚ ਪਰਜਾਈਆਂ ਦੇ
बोल कलहरिया मोहरा लिया दौरा तेरा कुर्ता धोद्या तो बिचपा कलमी छोरा कदे गल्लां कीतियां जसविंदर बराड़ ने पर अज कहिंदे डोगर राजली वाला झुक के कबड्डी पा रहा है कि फल नीमिया रुखा नू मिठे लगदे उच्चा हो के मां ना करी फल नीमिया रुखा नू मिठे लगदे उच्चा हो के मां ना करी। लाओ इसलिए गुरसेवक सिंह सेवक फकर झंडे पिंड वाला पहले नंबर से आने वाली टीम 41,000 दिता जाएगा। सैकंड नंबर से आने वाली टीम 31,000 बैट प्लेयर 5 फुट कप दिते जाने हैं। आ तीजा जफा आजू मनीष तेरा जे जफा ला गया स्वाद आजू जे रेडर भज गया फिर गल टिकाने लग जू एक पासे झंडे का सेवक आओ दूजे पासे मनीष मनीष ने तीजा जफा लाता दर्शक भीर मुंडे दे नाते तौड़ी तो बनती है बहु अकबर पिंड है हरियाणा दे विच ए शिलू दा वीरा जिहनू रोड़ी कुट दे मशीन दा खिताब मिलिया पर दूजे पासे पठान गोरखपुरी एस आई का सपुत्र मेरे वीरो सतवीर सिंह नूं माण अपने पुत्र की खेड के उपर आओ लगदा जोर टक्कर सरेरी एक बराबर 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 भाजी मोड़ती मां दे पुत्त ने बराबर भाजी मोड़ती मां दे पुत्त ने। लाओ सामने कहिंदे आओ मुंडा वेखदे भी समंदरे कद वाला आ गया आओ वेखदे फिर खिलाड़ियां हुईयां बाहां सामने पाई हुई कबड्डी उधरले पासे मनीष चौथा 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 इको तेरी इको तेरा लख वर्गा बाकी मोड़ के जेब विच पा लै इको तेरा लख वर्गा ने कप कनी निगा मार लिया भी 5 फुटे कप देते जाने हैं। लै भी फुला ला जो दिलों स्वाद आया ਉਹਨੂੰ ਸੌ ਲੱਗੇ ਜਿਹੜਾ ਤਾੜੀ ਨਹੀਂ ਮਾਰ ਕੇ ਦੱਸੂ ਵੀ ਅੱਜ ਦੇ ਖਿਡਾਰੀ ਕਿੱਦਾਂ ਲੱਗੇ ਦੁਨੀਆਂ ਦੇ ਮਹਿੰਗੇ ਮੁੱਲ ਦੇ ਖਿਡਾਰੀ ਆ ਆ ਤੁਹਾਡੇ ਆਪਣੇ ਇਲਾਕੇ ਦਾ ਆ ਮੁੰਡੇ ਦੀ ਖੇਡ ਦੇ ਉੱਪਰ ਮਾਤਾ ਮਨਜੀਤ ਕੌਰ ਮਾਣ ਕਰਦੀ ਹੈ ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਸਰਦਾਰ ਗੁਰਜੰਟ ਸਿੰਘ ਜੀ ਸਦੀਮੀ ਵਿਛੋੜਾ ਦੇ ਗਿਆ ਸਿੱਧੂ ਪਰਿਵਾਰ ਦਾ ਇਸ ਵੇਲੇ ਹਰਪ੍ਰੀਤ ਕੰਮੀ ਮੇਰੇ ਪੰਜਾਬੀ ਵੀਰ ਵਧੀਆ ਨੰਬਰ ਜੁੜ ਗਿਆ ਆਪਣੀ ਟੀਮ ਦੇ ਲਈ ਜਿੱਥੇ ਖਿਡਾਰੀ ਵਧੀਆ ਉੱਥੇ ਇਹਦੇ ਵਿੱਚ ਇਨਸਾਨੀਅਤ ਵੀ ਕੁੱਟ ਕੁੱਟ ਕੇ ਭਰੀ ਹੋਈ ਹੈ ਪਰ ਆ ਟੱਕਰ ਇੱਕ ਪਾਸੇ ਨਵੀਨ ਹੈ ਦੂਜੇ ਪਾਸੇ ਦੇਸੂ ਜੋਧਾ ਪਿੰਡ ਹੈ ਗੇਜੇਰਾ ਆ ਵੇਖੋ ਨੌਜਵਾਨਾਂ ਵਾਹ ਓਏ ਸੋਹਣਿਆ ਮੜਕੋ ਮੜਕੀ ਹੋਈ ਜਨਾ ਜਵਾਨੀ ਖੇਡ ਦੇ ਮੈਦਾਨ ਵਿੱਚ ਇਸ ਵੇਲੇ ਬਹੁਤ ਤਕੜਾ ਨੰਬਰ ਕਹਿੰਦੇ ਗੇਜੇ ਨੇ ਜੋੜ ਦਿੱਤਾ ਰਾਜਲੀ ਵਾਲਾ ਡੋਗਰ ਹੈ ਕਲੋਠੇ ਵਾਲਿਆ ਰਾਜਲੀ ਵਾਲਾ ਡੋਗਰ ਵੀ ਕਹਿੰਦੇ ਕੱਪਾਂ ਤੇ ਨਿਗਾਹ ਬਿਠਾਈ ਬੈਠਾ ਫੱਕਰ ਝੰਡੇ ਵਾਲਿਆ ਮੁੰਡਾ ਸੁੱਕਾ ਨਾ ਜਾਵੇ ਆਓ ਕਹਿੰਦੇ ਬੇਰ ਬੇਰ ਕੇ ਕਬੱਡੀਆਂ ਪਾ ਰਿਹਾ ਹੈ ਇਸ ਸਮੇਂ ਕਹਿੰਦੇ ਬੇਰ ਬੇਰ ਕੇ ਕਬੱਡੀਆਂ ਪਾ ਰਿਹਾ ਹੈ ਚੱਲ ਓਏ ਮੁੰਡਿਆ ਫੱਕਰ ਝੰਡੇ ਵਾਲਿਆ ਪਾ ਕਬੱਡੀ ਆਓ ਵੇਖਦੇ ਆ ਫਿਰ ਆਓ ਸੁਮਿੱਤਰਾ ਕੱਦ ਹੈ ਉਹ ਇਸ ਸਮੇਂ ਵੇਖਦੇ ਆ ਵੀ ਚਿੱਟੀ ਪੱਟੀ ਵਿੱਚ ਕਾਲੀਆਂ ਧਾਰੀਆਂ ਜਾ ਕੇ ਵਿਰੋਧੀਆਂ ਦੇ ਵਿਹੜੇ ਦੇ ਵਿੱਚ ਬਾਹਾਂ ਖਿਲਾਰੀਆਂ ਫਿਰ ਕਰਦਾ ਜਾਫੀਆਂ ਦੇ ਨਾਮ ਲਾਜੇ ਤਾਰੀਆਂ ਉਧਰਲੇ ਪਾਸੇ ਆਓ ਭਰਾਵਾਂ ਵਰਗਾ ਪਿਆਰ ਤਿੰਨ ਜਫੇ ਲਾ ਗਿਆ ਮਨੀਸ਼ ਤੇਰੇ ਬਰਾਬਰ ਹੁੰਦਾ ਜਾਂਦਾ ਇਹ ਕਹਿੰਦੇ ਰੱਤੇ ਥੇ ਵਾਲਾ ਕੁਲਵਿੰਦਰ ਹੈ ਮੇਰੇ ਪੰਜਾਬੀ ਵੀਰੋ ਜੰਜੂਏ ਦੇ ਨਾਲ ਜੋੜੀ ਪ੍ਰਸਿੱਧ ਹੈ ਅੱਜ ਸਰੀਆ ਵੀ ਆਇਆ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਇਸ ਖਿਡਾਰੀ ਦੇ ਨਾਲ ਸੋਹਣ ਗਿੱਲ ਕੋਚ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਬੜਾ ਵਧੀਆ ਇਨਸਾਨ ਹੈ ਪਰ ਦਾਸਪੁਰੀਆ ਕੰਮੀ ਆਓ ਖੇਡ ਕਬੱਡੀ ਦਾ ਆਉਣ ਵਾਲੇ ਸਮੇਂ ਦਾ ਵੱਡਾ ਮੱਲ ਸੱਚੇ ਪਾਤਸ਼ਾਹ ਪਾਰ ਕਿਰਪਾ ਕਰੇ ਵੀ ਇਸ ਖਿਡਾਰੀ ਦੇ ਵਿੱਚ ਜਿਹੜੇ ਚਰਚੇ ਉਹ ਵਿਦੇਸ਼ਾਂ ਦੀ ਧਰਤੀ ਦੇ ਹੋ ਜਾਣ ਨੰਨੂ ਦੀ ਰੇਡ ਪੈਂਦੀ ਹੈ ਚਾਰ ਜਾਫੀ ਹੈ ਇੱਕ ਪਾਸੇ ਮਿੱਤ ਦਾ ਵੀਰ ਕਹਿੰਦੇ ਜਾਣ ਲਈ ਪੜਦਾ ਕਾਲਾ ਹੈ ਨਾਲ ਝੰਡੇ ਦਾ ਬਹਾਦਰ ਹੈ ਇੱਕ ਪਾਸੇ ਕਹਿੰਦੇ ਬਹੁ ਅਕਬਰ ਪੰਡਾ ਮਨੀਸ਼ ਦਾ ਆਹ ਮੁੰਡੇ ਦੀਆਂ ਗੱਲਾਂ ਹੁੰਦੀਆਂ ਵੀ ਬਹੁ ਅਕਬਰ ਪੰਡਾ ਮਨੀਸ਼ ਇਸ ਵੇਲੇ ਬਰਿਆਰੇ ਪਰਿਵਾਰ ਦਾ ਨੰਨੂ ਤੇ ਮਨੀਸ਼ ਦੀ ਟੱਕਰ ਟੱਕਰ ਸਵਾਦ ਫੇਰ ਆਊ ਪਰ ਇਸ ਸਮੇਂ ਮਨੀਸ਼ ਜੱਫਾ ਨਹੀਂ ਲਾ ਸਕਿਆ ਲਓ ਸਾਹਮਣੇ ਇਹ ਸਮੇਂ ਗੁਰਮੀਤ ਅੰਦਾਣੇ ਪਿੰਡ ਵਾਲਾ ਕਬੱਡੀ ਪਾ ਰਿਹਾ ਹੈ ਆਓ ਵੇਖ ਫਿਰ ਕੋਟਲੀ ਵਾਲਿਆ ਉਹ ਲੋਕ ਕਹਿਣਗੇ ਮੁੰਡੇ ਨੇ ਫਲੀ ਨਹੀਂ ਪੰਨੀ ਪਰ ਫੇਰ ਵੇਖਦੇ ਵੀ ਆਓ ਬੱਲੇ ਬੱਲੇ ਕਰਵਾ ਦਿੱਤੀ ਹੈ ਆਓ ਮੁੰਡੇ ਗੁਰਮੀਤ ਅੰਦਾਣੇ ਵਾਲੇ ਨੇ ਲੱਖਾਂ ਰੁਪਈਆਂ ਦਾ ਅੰਕ ਆਪਣੀ ਟੀਮ ਦੇ ਵਾਸਤੇ ਜੋੜ ਦਿੱਤਾ ਹੈ ਕਾਲੇ ਦਾ ਕਹਿੰਦੇ ਕੋਟ ਫੱਤਾ ਪੈਂਦਾ ਬਠਿੰਡੇ ਵਾਲਾ ਇਹ ਆ ਬਠਿੰਡੇ ਵਾਲਾ ਕਿਵੇਂ ਇੱਥੇ ਤਿਮਾਹੀ ਬਠਿੰਡੇ ਜਿੱਥੇ ਖਿੜਦੇ ਕਪਾਹ ਦੇ ਟੀਂਡੇ ਗੱਲ ਚੱਲ ਪਈ ਸਰੂਰਾਂ ਦੀ ਮਿੱਤਰਾਂ ਦੀ ਕੰਧ ਲੰਘ ਕੇ ਉਹ ਬੇਲ ਆ ਗਈ ਅੰਗੂਰਾਂ ਦੀ ਗੱਲਾਂ ਗੀਤਾਂ ਦੇ ਵਿੱਚ ਚੱਲੀਆਂ ਕੋਈ ਆਖ ਦਿੰਦਾ ਮੈਨੂੰ ਬਠਿੰਡੇ ਕੋਲੇ ਕੋਠੀ ਪਾ ਦੇ ਕੋਈ ਆਖਦਾ ਕਾਹਦੀ ਬੱਸ ਚੋਂ ਉਤਰ ਗਈ ਤੂੰ ਬਠਿੰਡਾ ਬੀਕਾਨੇਰ ਹੋ ਗਿਆ ਕਾਹਦੀ ਬੱਸ ਚੋਂ ਉਤਰ ਗਈ ਤੂੰ ਬਠਿੰਡਾ ਬੀਕਾਨੇਰ ਹੋ ਗਿਆ ਉਹ ਡੋਗਰਾ
वो टोकरा कौटियां दो दो पा दे वो कौटियां दो दो पा दे अज कहिंदे कप जितना है अज कप उही जितणगे जिहदे टौलियां पट्टां विच जाना आओ कप उही जितणगे जिहदे टौलियां पट्टां विच जाना आओ कहिंदे ऐन मुंडे ने बल्ले बल्ले करवाई है आओ तकिया आओ सेवक आ गया भुंदड़ वालिया धड़वे दी टीम ने सराह कीता ते मुंडे झंडे वाले भी किसे कोलों घट नहीं मेरे पंजाबी वीर फाइनल खेल दिया दो टीम सिखी सरूप दे विच इस वेले गुरसेवक सिंह सेवक बनया होया ए बजनी खेलदा खेलदा दो साल हो गया उपर दे विच एंट्री मार गया पर दूजे पासे औलखां दे मुंडे दा 4x4 चौथा जफा हो जाना चौथा ला गया मनीष निगाह मुंडे ने तेरे आले कप ते धर ली ओए मुंडे ने तेरे आले कप ते धर ली चल ओए पठान सिया पा कबड्डी आ पठान कहिंदे गोरखपुरी आ उधरले पासे पठान कहिंदे लोट नहीं आउंदा पठान लोट नहीं आउंदा चल मुंडिया फिर पा कबड्डी लाओ सामने कबड्डी वेखदे भी फक्कर झंडे वाला नौजवान पा रहा है लाओ चार ने चारे दे चारे भी पूरे तैयार ने उधरले पासे झुकया होया नौजवान आओ लत्ती 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 मनीष पंजवा फुलारो चुप जे कमे करके स्वाद आया के नहीं बोले सोनिहाल सत श्री अकाल चलदे मैच दे विचो तिड़बे दी टीम जित गई है 30.5 ते नाल कहंदे भी पहु अकबरपुर दी टीम दा नौजवान मनीष बेस्ट जाफी सेकंड टीम जिहड़ी फक्कर झंडे दी जॉइंट जिहड़ा कलविंदर रत्ते वाला मनीष ते कलविंदर अज दी तरीके ते जिहड़े बैट जाफी है बहुत धन्नवाद है बिकन होणा दा मेरे पंजाबी ते नाल बेस्ट रेडर भुंतण वालिया डोगर राजली वाला तासपुरिया कमी सांझे तौर ते तासपुरिया कमी ते राजली दा डोगर अज जिहड़े टूरनामेंट दे बैट रेडर ने बैट जाफी कलविंदर ते मनीष बहु अकबर उपर पिंड वाला मुबारकां ने दोवें टीमां दे लई सच्चे पातशाह मेहर करे।